Hello, welcome to Precious Lives. Today we'll be talking to a patient who was a patient and she incidentally was diagnosed with breast cancer. So she'll just relate her journey to us. This is our book, which are the standard guidelines which we use for breast cancer, which are called the NCCN guidelines. From here, I'll just read out two sentences which have recently been added. It says, since 1991, breast cancer mortality has been declining, suggesting a benefit from the combination of early detection and more effective treatment. So basically the take home message is that do not be scared of the disease. Just face it, walk through the treatment and forget about it. Usually it has a good outcome, so do not be scared of it, and you must undergo the entire treatment. That's all the message is today. So we'll be talking to ma'am today. Haji ma'am, Sat Shri Akal. Thank you so much to see I Sat Shri Akal. Tusi dasso pehla pata kidda chalya? Dekho ji, pehle ta mainu thoda jya breast vichon liquid ja nikalda si. ਅਤੇ ਉਹਦੇ ਵਿੱਚ ਮੈਂ ਤਾਂ ਪਹਿਲੇ ਸਮਝ ਸੀ ਵੀ ਨੋਰਮਲ ਹੀ ਹੈ। ਉਸ ਤੋਂ ਬਾਅਦ ਮੇਰੇ ਹਸਬੈਂਡ ਨੇ ਕਿਹਾ ਵੀ ਨਹੀਂ, ਚਲੋ ਚੈੱਕਅਪ ਕਰਾਉਂਦੇ ਹਾਂ, ਇੱਦਾਂ ਨਹੀਂ ਪਤਾ ਚੱਲਦਾ। ਅਤੇ ਅਸੀਂ ਚੈੱਕਅਪ ਕਰਾਇਆ ਅਤੇ ਉਹ ਕਹਿੰਦੇ ਜੀ ਤੁਹਾਨੂੰ ਇਹ ਪ੍ਰੋਬਲਮ ਹੈ। ਅਤੇ 25 ਦਸੰਬਰ 2014 ਵਿੱਚ, ਹਾਂਜੀ, ਅਤੇ ਮੈਂ 25 ਦਸੰਬਰ ਨੂੰ ਟੈਸਟ ਕਰਵਾਏ, 26 ਅਤੇ 27 ਨੂੰ। 27 ਦਸੰਬਰ ਨੂੰ ਮੇਰੇ ਰਿਪੋਰਟਸ ਆ ਗਈਆਂ, 28 ਦਸੰਬਰ ਨੂੰ ਮੈਡਮ ਨੇ ਮੈਨੂੰ ਬੜਾ ਗਾਈਡ ਕੀਤਾ। ਮੈਂ ਬਹੁਤ ਜ਼ਿਆਦਾ ਘਬਰਾਈ ਹੋਈ ਸੀ। ਇਹਨਾਂ ਨੇ ਮੈਨੂੰ ਇੰਨਾ ਅੱਛਾ ਕਿਹਾ ਵੀ ਕੋਈ ਘਬਰਾਉਣ ਦੀ ਗੱਲ ਨਹੀਂ, ਕੁਛ ਨਹੀਂ ਹੈ, ਤੁਸੀਂ ਟ੍ਰੀਟਮੈਂਟ ਲਵੋ। ਵੀ ਬਹੁਤ ਵੱਡੇ ਵੱਡੀਆਂ ਇਹੋ ਜਿਹੀਆਂ ਆਉਂਦੀਆਂ ਨੇ ਬਿਮਾਰੀਆਂ, ਇਹ ਤਾਂ ਕੁਛ ਵੀ ਨਹੀਂ ਹੈ। ਦੇਖੋ, ਡਰਨਾ ਵੀ ਨਹੀਂ ਚਾਹੀਦਾ, ਕੁਛ ਬੰਦੇ ਨੂੰ ਪ੍ਰੋਬਲਮਸ ਹੁੰਦੀਆਂ, ਕੋਈ ਨਹੀਂ ਵੀ ਕਰਵਾ ਸਕਦਾ ਜਾਂ ਕਿਸ ਤਰ੍ਹਾਂ। ਪਰ ਇਹਨਾਂ ਨੇ ਮੈਨੂੰ ਬੜਾ ਜ਼ਿਆਦਾ ਹੌਸਲਾ ਦਿੱਤਾ, ਉਸ ਦੇ ਨਾਲ ਮੈਨੂੰ ਇਹਨਾਂ ਨੇ ਪੂਰਾ ਗਾਈਡ ਕੀਤਾ। ਅਤੇ ਮੇਰਾ 28 ਦਸੰਬਰ ਨੂੰ ਇਹਨਾਂ ਨੇ 2014 ਦੇ ਵਿੱਚ ਓਪਰੇਟ ਕਰ ਦਿੱਤਾ ਸੀ। ਉਹਦੇ ਬਾਅਦ ਕਿੱਦਾਂ ਰਿਹਾ? ਉਸ ਤੋਂ ਬਾਅਦ ਮੈਂ ਠੀਕ ਹੁੰਦੀ ਗਈ ਹਾਂ ਅਤੇ ਥੋੜ੍ਹਾ ਜਿਹਾ ਘਬਰਾਈ ਵੀ ਹਾਂ। ਮੈਨੂੰ ਡਾਕਟਰ ਸਾਹਿਬ ਨੇ ਆਪਣੇ ਬਹੁਤ ਅੱਛੀ ਤਰ੍ਹਾਂ ਹੌਸਲਾ ਵਧਾਈ ਦਿੱਤੀ, ਕਹਿੰਦੇ ਨਹੀਂ ਮੈਡਮ ਤੁਸੀਂ ਡਰਨਾ ਨਹੀਂ। ਫਸਟ ਕੀਮੋ ਤੋਂ ਬਾਅਦ ਮੈਂ ਥੋੜ੍ਹਾ ਡਰ ਗਈ ਸੀ, ਕਿਉਂਕਿ ਕਾਫੀ ਚੇਂਜਿਸ ਆ ਗਈਆਂ ਸੀ ਬਾਡੀ ਦੇ ਵਿੱਚ। ਅਤੇ ਡਾਕਟਰ ਸਾਹਿਬ ਕਹਿੰਦੇ ਘਬਰਾਉਣਾ ਨਹੀਂ ਹੈ, ਇਹ ਸਿਰਫ ਇੱਕ ਤੁਹਾਨੂੰ ਹੌਸਲਾ ਦੇਣ ਵਾਲੀ ਗੱਲ ਹੈ ਵੀ ਤੁਸੀਂ। ਮੈਂ ਬਹੁਤ, ਇਹਨਾਂ ਨੇ ਮੈਨੂੰ ਹੌਸਲਾ ਦਿੱਤਾ, ਜਿਸ ਨਾਲ ਕਿ ਮੈਂ ਆਪਣੀਆਂ 6 ਕੀਮੋ ਕਰਵਾਈਆਂ। ਕੀਮੋ ਹੋਈਆਂ, ਉਹਦੇ ਬਾਅਦ ਸਿਕਾਈ ਰੇਡੀਓਥੈਰੇਪੀ? ਨਹੀਂ ਜੀ, ਨੋ ਰੇਡੀਓਥੈਰੇਪੀ। ਹਾਂਜੀ, ਉਸ ਤੋਂ ਬਾਅਦ ਮੇਰਾ ਟੈਸਟ ਰੂਟੀਨ ਦੇ ਵਿੱਚ ਚੱਲ ਰਹੇ ਨੇ। ਅਤੇ ਤੁਹਾਡੀ ਹੋਇਆ ਡਾਇਗਨੋਸ, ਸਰਜਰੀ ਵੀ ਹੋਈ ਅਤੇ ਕੀਮੋਥੈਰੇਪੀ? ਹਾਂਜੀ। ਇਹ ਦੋਨਾਂ 'ਚੋਂ ਔਖਾ ਕਿਹੜਾ ਲੱਗਿਆ? ਥੋੜ੍ਹਾ ਜਿਹਾ ਤਾਂ ਕੀਮੋਥੈਰੇਪੀ 'ਚ ਲੱਗਦਾ, ਪਰ ਇੰਨਾ ਵੀ ਨਹੀਂ ਹੈ। ਥੋੜ੍ਹਾ ਆਪਣੇ ਬੰਦੇ ਨੂੰ ਵਿਲ ਪਾਵਰ ਸਟਰੋਂਗ ਕਰਨੀ ਚਾਹੀਦੀ ਹੈ, ਫਿਰ ਸਭ ਕੁਛ ਠੀਕ ਹੀ ਹੋ ਜਾਂਦਾ ਤਕਰੀਬਨ। ਤੁਹਾਡਾ ਹੈਲਪ ਕੀ ਸੀ ਘਰ 'ਚ, ਸਪੋਰਟ ਸਿਸਟਮ? ਮੈਨੂੰ ਆਪਣੀ ਫੈਮਿਲੀ ਵੱਲੋਂ ਪੂਰੀ ਸਪੋਰਟ ਸੀ। ਇਹਨਾਂ ਨੇ, ਬੱਚਿਆਂ ਨੇ ਮੇਰਾ ਬਹੁਤ ਕੀਤਾ ਹੈ, ਮੇਰੇ ਹਸਬੈਂਡ ਨੇ ਵੀ ਮੇਰਾ, ਹਾਂਜੀ ਹਾਂਜੀ, ਇਹਨਾਂ ਨੇ ਵੀ ਮੇਰਾ ਬਹੁਤ ਕੀਤਾ ਹੈ। ਐਵੇਂ ਲੋਕ ਤਾਂ ਕਹਿ ਦਿੰਦੇ ਕਿ ਨੂੰਹਾਂ ਕੁਛ ਨਹੀਂ ਕਰਦੀਆਂ, ਪਰ ਮੇਰੀ ਬੇਟੀ ਨੇ ਮੇਰਾ ਬਹੁਤ ਕੇਅਰ ਕੀਤੀ ਹੈ। ਸੋ ਕੀਮੋਥੈਰੇਪੀ ਤੁਸੀਂ ਕਹਿੰਦੇ ਹੋ ਔਖੀ ਹੈ, ਇਹਦੇ 'ਚ ਤੁਹਾਡੀ ਕੀ ਐਡਵਾਈਸ ਰਹੇਗੀ? ਡਾਇਟ ਦੇ ਫੋਰਮ 'ਚ ਰੈਸਟ ਕਿੰਨਾ ਲੈਣਾ ਚਾਹੀਦਾ, ਖਾਣਾ ਕਿੱਦਾਂ ਦਾ ਖਾਣਾ ਚਾਹੀਦਾ? ਦੇਖੋ, ਬਾਕੀ ਤਾਂ ਮੇਰੀ ਤਾਂ ਡਾਇਟ ਮੇਰੇ ਹਸਬੈਂਡ ਨੇ ਮੇਰੀ ਪੂਰੀ ਰੱਖੀ ਹੈ ਪ੍ਰੋਪਰ। ਮੇਰੀ ਕੀ ਦਿੰਦੇ ਸੀ ਤੁਸੀਂ? ਮੇਰੀ ਫਰੂਟ ਵਗੈਰਾ, ਜੂਸ ਵਗੈਰਾ, ਕਿਉਂਕਿ ਇਹਨੂੰ ਦੇ ਨਾਲ ਥੋੜਾ ਜਿਹਾ ਨਾ ਵੀਕਨੈਸ ਆ ਜਾਂਦੀ ਹੈ, ਸੈਲ ਡਾਊਨ ਵਗੈਰਾ ਜ਼ਿਆਦਾ ਹੁੰਦੀ ਹੈ ਜੀ, ਇਸ ਕਰਕੇ ਵੀ ਖਾਣਾ ਜ਼ਰੂਰੀ ਹੈ, ਕੁਛ ਨਾ ਕੁਛ ਖਾਈ ਜਾਣਾ ਜੀ। ਠੀਕ ਹੈ ਜੀ, ਹਾਂਜੀ। ਹੋਰ ਬਸ ਉਦਾਸ ਹੁੰਦੇ ਸੀ? ਥੋੜਾ ਜਿਹਾ ਘਬਰਾਹਟ ਜ਼ਰੂਰ ਹੁੰਦੀ ਸੀ, ਕਿਉਂਕਿ ਇਹ ਕਹਿੰਦੇ ਸੀ ਵੀ ਮੈਂ ਫਸਟ ਕੀਮੋ ਕਰਾ ਲਈ, ਇਹ ਨੈਕਸਟ ਨਹੀਂ ਕਰਾਉਣੀ। ਠੀਕ ਹੈ ਜੀ। ਫਿਰ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਜਿੰਨਾ ਤਕਲੀਫ ਹੁਣ ਤੁਸੀਂ ਸਹਿ ਲਈ ਨਾ, ਉਸ ਤੋਂ ਅੱਗੇ ਘੱਟ ਹੀ ਆਏਗੀ, ਆਈ ਵੀ ਹੈਗੀ ਹੈ ਜੀ। ਠੀਕ ਹੈ ਜੀ। ਅਤੇ ਪਹਿਲੀ ਥੋੜ੍ਹਾ ਜਿਹਾ ਜ਼ਿਆਦਾ ਘਬਰਾਹਟ ਸੀ, ਉਸ ਤੋਂ ਬਾਅਦ ਹੁਣ ਵੋਮਿਟਿੰਗ ਕਿੰਨੀ ਹੁੰਦੀ ਸੀ? ਵੋਮਿਟਿੰਗ 5 ਦਿਨ ਤਕਰੀਬਨ 4-5 ਦਿਨ ਰੈਗੂਲਰ ਰਹਿੰਦੀ ਹੈ। ਰਹਿੰਦੀ ਸੀ ਕਿਮੋ ਤੋਂ ਬਾਅਦ? ਕਿਮੋ ਤੋਂ ਬਾਅਦ, ਅੱਛਾ ਜੀ, 3 ਡੇਜ਼ ਤੋਂ ਬਾਅਦ, 3-4 ਦਿਨ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ, 4-5 ਦਿਨ ਲਗਾਤਾਰ ਰਹਿੰਦੀ ਹੈ, ਲੇਕਿਨ ਤਕਰੀਬਨ ਥੋੜ੍ਹੀ ਘੱਟਦੀ ਜਾਂਦੀ ਹੈ, ਉਸ ਤੋਂ ਬਾਅਦ ਫਿਰ ਬੰਦਾ ਨੋਰਮਲ ਹੋ ਜਾਂਦਾ, ਖਾਣਾ ਪੀਣਾ ਸਭ ਕੁਝ ਠੀਕ ਹੋ ਜਾਂਦਾ। ਹੋਰ ਕੋਈ ਸਪੋਰਟ ਸਿਸਟਮ, ਡਾਇਟ, ਹੋਰ ਕੁਝ ਸਪੈਸ਼ਲ ਤੁਸੀਂ ਦੱਸਣਾ ਚਾਹੋਗੇ? ਨਹੀਂ, ਸਪੈਸ਼ਲ ਸਾਡਾ ਰੈਸਟ ਕਿੰਨਾ
रेस्ट तो देखो जी मैनू प्रॉपर मिली पूरे टाइम ले। हाँ जी मैनू तो हजे तक भी पूरी रेस्ट देंगे ने भी तुसी वेट नहीं चकना बच्चा नहीं चकना जा कुछ भी है जे बच्चे नू प्यार करना है अपने लत्तां ते बिठा लो जा किस तरह मैनू हले तक भी पूरी रेस्ट मिलती है फैमिली बदली है कोई हुण जदों ट्रीटमेंट खत्म हो गई कि सेम है कोई प्रॉब्लम नहीं थोड़ी चेंजेस आ जांदियां ने जिस तरह की मेरा बीपी ते शुगर नॉर्मल आ गए ने हैगी सी पहले हाँ जी मेरी नॉर्मल गई बहुत लाइट मैनू लगी हुई है ते गोली दर मैं ठीक हाँ ਤੁਸੀਂ ਪਹਿਲਾਂ ਟੈਨਸ਼ਨ ਕਿੰਨਾ ਲੈਂਦੇ ਸੀ ਪਹਿਲੇ ਮੈਂ ਬਹੁਤ ਜ਼ਿਆਦਾ ਲੈਂਦੀ ਸੀ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਟੈਨਸ਼ਨ ਫ੍ਰੀ ਹਾਂ ਬਿਲਕੁਲ ਪਹਿਲਾਂ ਤਾਂ ਇੱਦਾਂ ਵੀ ਕਹਿੰਦੇ ਸੀ ਵੀ ਮੇਰੀ ਲਾਈਫ ਬਹੁਤ ਘੱਟ ਹੈ ਮੈਂ ਇੱਕ ਜ਼ਰੂਰ ਕਹਿੰਦੀ ਸੀ ਮੈਂ ਕਿਹਾ 15-20 ਸਾਲ ਦੀ ਲਾਈਫ ਹੈ ਮੇਰੀ ਸਾਰੀ ਵੀ ਪਤਾ ਨਹੀਂ ਮੈਂ ਕੁਛ ਦੇਖਣਾ ਵੀ ਹੈ ਦੁਨੀਆ 'ਤੇ ਕਿ ਨਹੀਂ ਪਰ ਮੈਨੂੰ ਆਪਣੇ ਬੱਚਿਆਂ ਵੱਲੋਂ ਬੜਾ ਹੌਸਲਾ ਮਿਲਿਆ ਹਸਬੈਂਡ ਵੱਲੋਂ ਬੜੀ ਮੈਨੂੰ ਸਪੋਰਟ ਮਿਲੀ ਹੈ ਅਤੇ ਬਾਕੀ ਮੇਰੇ ਮਦਰ ਇਨ ਲਾ ਫਾਦਰ ਇਨ ਲਾ ਇਹਨਾਂ ਨੇ ਵੀ ਮੇਰੀ ਬਹੁਤ ਕੇਅਰ ਕੀਤੀ ਹੈ देखो जी यही कहांगी तुसी बिल्कुल ना घबराओ अगर ये बीमारी है तो डट के मुकाबला करो एदा ते अपनी तुसी ट्रीटमेंट दे विच कोई ओ ना करो देर ना करो जिन्नी जल्दी हो सकदे आ ते अपना इलाज कराओ ते डॉक्टर साहब बड़े अच्छे ने इन्हां दा सारा स्टाफ बहुत अच्छा है पूरी सपोर्ट करदे है कोई इहो जी गल नहीं है हेल्पफुल ने सब कुछ है ਤੁਸੀਂ ਬਾਕੀ ਜੋ ਪੇਸ਼ੈਂਟਸ ਮਿਲਦੇ ਆ ਜਾਂ ਕੋਈ ਫਰੈਂਡਸ ਮਿਲਦੇ ਉਹਨਾਂ ਨੂੰ ਵੀ ਹਾਂਜੀ ਹੌਸਲਾ ਦਿੰਦੇ ਹੋ ਹਾਂਜੀ ਬਿਲਕੁਲ ਅਸੀਂ ਕਹਿੰਦੇ ਦੇਖੋ ਘਬਰਾਉਣਾ ਨਹੀਂ ਹੈ ਜੇ ਅਗਰ ਸਾਨੂੰ ਬਿਮਾਰੀ ਆਈ ਹੈ ਤਾਂ ਇਹਦਾ ਇਲਾਜ ਵੀ ਹੈ ਪਹਿਲੇ ਠੀਕ ਹੈ ਵੀ ਨਹੀਂ ਹੁੰਦਾ ਸੀ ਹੁਣ ਹਰ ਇੱਕ ਬਿਮਾਰੀ ਦਾ ਇਲਾਜ ਹੈ ਬਿਲਕੁਲ ਨਹੀਂ ਘਬਰਾਉਣਾ ਬਿਲਕੁਲ ਕੁਛ ਨਹੀਂ ਹੈ ਆਪਣਾ ਤੁਸੀਂ ਮਾਇੰਡ ਫਰੀ ਹੋ ਕੇ ਆਪਣਾ ਸਭ ਕੁਛ ਬਹੁਤ ਵਧੀਆ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਹਾਂਜੀ